ਸਤਿ ਸ਼੍ਰੀ ਅਕਾਲ ਫਰੈਂਡ, ਪੰਜਾਬੀ ਰਸੋਈ 'ਚ ਤੁਹਾਡਾ ਸਭ ਦਾ ਸਵਾਗਤ ਆ। ਅੱਜ ਆਪਾਂ ਬਣਾਵਾਂਗੇ ਮਟਰ ਦੀ ਗ੍ਰੇਵੀ ਰੈਸਟੋਰੈਂਟ ਸਟਾਈਲ। ਪਹਿਲਾਂ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਉਬਾਲਾਂਗੇ ਮਟਰਾਂ ਨੂੰ। ਇਹਦੇ 'ਚ ਥੋੜ੍ਹਾ ਜਿਹਾ ਆਪਾਂ ਨਮਕ ਪਾਵਾਂਗੇ। ਮਟਰ ਦੀ ਗ੍ਰੇਵੀ ਬਣਾਉਣ ਲਈ ਆਪਾਂ ਨੂੰ ਜੋ ਸਮਾਨ ਚਾਹੀਦਾ ਵਾ, ਟਮਾਟਰ ਅੱਛੀ ਤਰ੍ਹਾਂ ਮੈਸ਼ ਕੀਤੇ ਹੋਏ, ਟਮਾਟਰ, ਪਿਆਜ, ਅਦਰਕ ਲਸਣ ਦੀ ਪੇਸਟ, ਹਰੀ ਮਿਰਚ ਅਤੇ ਸਪਾਈਸਿਸ। ਆਹ ਕਿਚਨ ਕਿੰਗ ਆ। ਆਹ ਗਰਮ ਮਸਾਲਾ ਵਾ, ਦੇਗੀ ਮਿਰਚ, ਜੀਰਾ, ਹਲਦੀ, ਨਮਕ। ਠੀਕ ਆ, ਆਪਾਂ ਨੂੰ ਇਹਨਾਂ ਸਪਾਈਸਿਸ ਦੀ ਲੋੜ ਪਵੇਗੀ। ਗ੍ਰੇਵੀ ਬਣਾਉਣ ਲਈ ਆਪਾਂ ਆਪਣੀ ਕੜਾਹੀ 'ਚ ਆਇਲ ਪਾਵਾਂਗੇ, ਫਲੇਮ ਆਨ ਕਰਾਂਗੇ, ਇਸਨੂੰ ਅੱਛੀ ਤਰ੍ਹਾਂ ਗਰਮ ਹੋਣ ਦੇਵਾਂਗੇ। ਆਇਲ ਆਪਣਾ ਅੱਛੀ ਤਰ੍ਹਾਂ ਗਰਮ ਹੋ ਚੁੱਕਾ ਵਾ। ਹੁਣ ਆਪਾਂ ਇਸ ਵਿੱਚ ਜੀਰਾ ਪਾਵਾਂਗੇ, ਥੋੜ੍ਹਾ ਜਿਹਾ ਜੀਰਾ ਪਾਵਾਂਗੇ, ਅੱਛੀ ਤਰ੍ਹਾਂ ਭੁੰਨ ਲਾਂਗੇ ਇਸਨੂੰ। ਭੁੰਨਣ ਤੋਂ ਬਾਅਦ ਆਪਾਂ ਅਦਰਕ ਲਸਣ ਦੀ ਪੇਸਟ ਪਾਵਾਂਗੇ, ਅਦਰਕ ਲਸਣ ਦੀ ਪੇਸਟ ਨੂੰ ਆਪਾਂ ਅੱਛੀ ਤਰ੍ਹਾਂ ਭੁੰਨ ਲਾਂਗੇ। ਹੁਣ ਅਦਰਕ ਲਸਣ ਦੀ ਪੇਸਟ ਅੱਛੀ ਤਰ੍ਹਾਂ ਭੁੱਜ ਚੁੱਕੀ ਆ। ਹੁਣ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ, ਗ੍ਰੈਂਡ ਕੀਤੇ ਹੋਏ। ਅੱਛੀ ਤਰ੍ਹਾਂ ਮਿਕਸ ਕਰਾਂਗੇ ਪਿਆਜ਼ਾਂ ਨੂੰ, ਅੱਛੀ ਤਰ੍ਹਾਂ ਭੁੰਨਾਂਗੇ ਗੋਲਡਨ ਬ੍ਰਾਊਨ ਹੋਣ ਤੱਕ ਪਿਆਜ਼ਾਂ ਨੂੰ ਆਪਾਂ। ਪਿਆਜ਼ ਆਪਣੇ ਅੱਛੀ ਤਰ੍ਹਾਂ ਭੁੰਨ ਚੁੱਕੇ ਹਾਂ, ਹੁਣ ਭੁੱਜ ਚੁੱਕੇ ਹਾਂ। ਆਪਾਂ ਹੁਣ ਇਸ ਵਿੱਚ ਟਮਾਟਰ ਦੀ ਪਿਊਰੀ ਪਾਵਾਂਗੇ, ਅੱਛੀ ਤਰ੍ਹਾਂ ਮਿਕਸ ਕਰ ਦਾਂਗੇ। ਟਮਾਟਰ ਦੀ ਪਿਊਰੀ ਪਾਉਣ ਤੋਂ ਬਾਅਦ ਆਪਾਂ ਇਸ ਵਿੱਚ ਹਰੀ ਮਿਰਚ ਪਾਵਾਂਗੇ ਅਕੋਰਡਿੰਗ ਟੂ ਟੇਸਟ, ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਸਨੂੰ। ਹੁਣ ਆਪਾਂ ਇਸ ਵਿੱਚ ਨਮਕ ਪਾਵਾਂਗੇ, ਇਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ। ਦੇਗੀ ਮਿਰਚ, ਹੁਣ ਮਿਕਸ ਕਰ ਲਾਂਗੇ। ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ 'ਚ ਗਰਮ ਮਸਾਲਾ ਪਾਵਾਂਗੇ, ਫਿਰ ਆਪਾਂ ਪਾਵਾਂਗੇ ਹਲਦੀ। ਅੱਛੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਗ੍ਰੇਵੀ ਨੂੰ ਭੁੰਨਾਂਗੇ। ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨਾਂਗੇ, ਗ੍ਰੇਵੀ ਮਿਲਾ ਲਾਂਗੇ। ਦੂਜੀ ਸਾਈਡ ਆਪਣੇ ਮਟਰ ਅੱਛੀ ਤਰ੍ਹਾਂ ਪੱਕ ਚੱਲੇ ਆ, ਇਸਨੂੰ ਢੱਕ ਲਾਂਗੇ। ਫਿਰ ਮਟਰ ਆਪਣੇ ਅੱਛੀ ਤਰ੍ਹਾਂ ਗਲ ਚੁੱਕੇ ਆ, ਦੇਖੋ ਹੁਣ ਆਪਾਂ ਫਲੇਮ ਆਫ ਕਰ ਦਾਂਗੇ ਅਤੇ ਇਸਦੇ ਪਾਣੀ ਨੂੰ ਆਪਾਂ ਨਿਕਾਲ ਲਾਂਗੇ। ਮਸਾਲਾ ਆਪਣਾ ਅੱਛੀ ਤਰ੍ਹਾਂ ਭੁੱਜ ਚੁੱਕਾ ਵਾ, ਹੁਣ ਆਪਾਂ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੇ, ਤਕਰੀਬਨ ਇੱਕ ਗਲਾਸੀ।
अच्छी तरह मिक्स कर लाँगे पानी नूं। हुण आपां इस विच मटर उबाले सीगे उह इहदे विच मिक्स कर दांगे। मटर नूं आपां अच्छी तरह मिक्स कर दांगे। ढक के हुण आपां इसनूं अच्छी तरह पका लेंगे। फ्लेम आपां मीडियम ही रखना वा। इसनूं चंगी तरह हिला लाँगे। मटर की ग्रेवी अपनी बन के रेडी है। हुण इस विच आपां पावांगे अपना लास्ट इनग्रीडियंट किचन किंग मसाला। अच्छी तरह मिक्स कर देंगे इसमें। मटर की ग्रेवी लिए आप गार्निश करने यूज़ करेंगे हरा धनिया। बन के अपनी रेडी है। हुण इस विच हरा धनिया पावांगे। हुण आपां फ्लेम अपना ऑफ कर देंगे ते अपने रेस्टोरेंट स्टाइल मटर की ग्रेवी बन के रेडी आ। थैंक्स फॉर वॉचिंग माई वीडियो। प्लीज़ लाइक शेयर एंड सबसक्राइब। थैंक यू।